ਗੁੱਡ ਮਾਰਨਿੰਗ ਸਟੂਡੈਂਟਸ ਮਾਈਸੈਲਫ ਗੀਤਿਕਾ ਬੱਚਿਓ ਮੈਂ ਤੁਹਾਨੂੰ ਅੱਜ ਪੰਜਾਬੀ ਗ੍ਰਾਮਰ ਦਾ ਇੱਕ ਹੋਰ ਨਵੀਂ ਚੀਜ਼ ਕਰਾਨੀ ਆ ਤੇ ਬੱਚਿਓ ਪਹਿਲੇ ਮੈਨੂੰ ਤੁਸੀਂ ਇਹ ਦੱਸੋ ਕਿ ਜੋ ਮੈਂ ਤੁਹਾਨੂੰ ਪਹਿਲੇ ਕੰਮ ਕਰਵਾਇਆ ਹੈ ਉਸ ਨੂੰ ਤੁਸੀਂ ਆਪਣੀ ਸੋਹਣੀ ਸੋਹਣੀ ਲਿਖਾਈ ਵਿੱਚ ਆਪਣੀ ਕਾਪੀਆਂ ਤੇ ਲਿਖਿਆ ਹੈ ਤੇ ਬੱਚਿਓ ਉਹਨੂੰ ਤੁਸੀਂ ਨਾਲ ਦੇ ਨਾਲ ਯਾਦ ਵੀ ਕੀਤਾ ਹੋਵੇਗਾ ਕਿਉਂਕਿ ਬੱਚਿਓ ਜਦੋਂ ਤੁਸੀਂ ਆਓਗੇ ਸਕੂਲ ਵਿੱਚ ਜਦੋਂ ਆਪਾਂ ਮਿਲਾਂਗੇ ਉਦੋਂ ਤੁਹਾਡੇ ਆਉਂਦੀ ਹੀ ਅਸੀਂ ਕੀ ਲੈਨੇ ਨੇ ਟੈਸਟ ਲੈਨੇ ਨੇ ਤੇ ਇਸੇ ਲਈ ਮੈਨੂੰ ਉਮੀਦ ਹੈ ਜੋ ਜੋ ਤੁਹਾਨੂੰ ਜਿਹੜੇ ਜਿਹੜੇ ਸਬਜੈਕਟਸ ਦੇ ਕੰਮ ਅਸੀਂ ਕਰਵਾ ਰਹੇ ਹਾਂ ਤੇ ਤੁਸੀਂ ਉਹਨੂੰ ਰੋਜ਼ ਦੇ ਰੋਜ਼ ਯਾਦ ਕਰਦੇ ਰਹੋ ਤਾਂ ਕਿ ਤੁਹਾਨੂੰ ਕੋਈ ਅੱਗੇ ਪਰੇਸ਼ਾਨੀ ਨਾ ਆ ਸਕੇ ਤੇ ਚਲੋ ਬੱਚਿਓ ਹੁਣ ਤੁਸੀਂ ਆਪਣੇ ਪੰਜਾਬੀ ਗ੍ਰਾਮਰ ਦੀ ਕਾਪੀ نکالੋ ਤੇ ਅੱਜ ਆਪਾਂ ਕਰਾਂਗੇ ਲੇਖ ਮੇਰਾ ਅਧਿਆਪਕ ਮੈਂ ਐਸ ਕੇ ਐਸ ਕੇ ਸਕੂਲ ਦਾ ਵਿਦਿਆਰਥੀ ਹਾਂ ਬੱਚਿਓ ਜਿਹੜੇ ਮੁੰਡੇ ਨੇ ਉਹ ਲਿਖਣਗੇ ਵਿਦਿਆਰਥੀ ਹਾਂ ਤੇ ਜਿਹੜੀਆਂ ਕੁੜੀਆਂ ਨੇ ਉਹ ਲਿਖਣਗੇ ਮੈਂ ਐਸ ਕੇ ਐਸ ਕੇ ਸਕੂਲ ਦੀ ਵਿਦਿਆਰਥਣ ਹਾਂ ਬੱਚਿਓ ਜਿਹੜੀ ਕੁੜੀ ਹੈ ਉਹ ਵਿਦਿਆਰਥਣ ਲਿਖਣਗੇ ਤੇ ਇੱਥੇ ਦੀ ਕਰਨਗੇ ਤੇ ਜਿਹੜੇ ਮੁੰਡੇ ਨੇ ਉਹ ਲਿਖਾਂਗੇ ਦਾ ਵਿਦਿਆਰਥੀ ਹਾਂ ਕਿਉਂਕਿ ਕੁੜੀਆਂ ਹੁੰਦੀਆਂ ਵਿਦਿਆਰਥਣ ਤੇ ਮੁੰਡੇ ਹੁੰਦੇ ਆ ਵਿਦਿਆਰਥੀ ਮੇਰੇ ਸਕੂਲ ਵਿੱਚ ਬਹੁਤ ਸਾਰੇ ਅਧਿਆਪਕ ਹਨ ਸਾਰੇ ਹੀ ਅਧਿਆਪਕ ਬਹੁਤ ਮਿਹਨਤੀ ਹਨ ਪਰ ਮੇਰੀ ਮਨਪਸੰਦ ਅਧਿਆਪਿਕਾ ਸ਼੍ਰੀਮਤੀ ਰੂਚੀ ਕਾ ਜੀ ਹਨ ਓ ਐਮਏ ਬੀ ਐਡ ਪੜ੍ਹੇ ਹੋਏ ਹਨ ਉਹਨਾਂ ਦੀ ਉਮਰ 25 ਸਾਲ ਹੈ ਉਹ ਸਾਨੂੰ ਪੰਜਾਬੀ ਪੜਾਉਂਦੇ ਹਨ ਉਹਨਾਂ ਦੇ ਪੜਾਉਣ ਦਾ ਢੰਗ ਬਹੁਤ ਸਰਲ ਹੈ ਸਕੂਲ ਦੀ ਸਫਾਈ ਦੇ ਨਾਲ-ਨਾਲ ਅਨੁਸ਼ਾਸਨ ਦਾ ਵੀ ਪੂਰਾ ਧਿਆਨ ਰੱਖਦੇ ਹਨ ਉਹ ਸਮੇਂ ਸਿਰ ਸਕੂਲ ਆਉਂਦੇ ਹਨ ਮੁੱਖ ਅਧਿਆਪਕਾ ਜੀ ਅਤੇ ਸਾਥੀ ਅਧਿਆਪਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਬੱਚਿਓ ਇਹ ਇੱਕ ਹੀ ਸਵਾਡਾ ਲੇਖ ਮੇਰਾ ਅਧਿਆਪਕ ਹੁਣ ਬੱਚਿਓ ਤੁਸੀਂ ਕੀ ਕਰਨਾ ਹੈ ਇਹਨੂੰ ਇੱਕ ਵਾਰੀ ਆਪਣੀ ਸੋਹਣੀ ਸੋਹਣੀ ਲਿਖਾਈ ਦੇ ਵਿੱਚ ਆਪਣੀ ਕਾਪੀਆ ਤੇ उतार ਲੈਣਾ ਹੈ ਜੋ ਕਿ ਤੁਹਾਨੂੰ ਅਸੀਂ ਪੀਡੀਐਫ ਬਣਾ ਕੇ ਭੇਜਾਂਗੇ ਸਕੈਨ ਕੀਤੀ ਹੋਈ ਕੀ ਫੋਟੋ ਤੇ ਤੁਸੀਂ ਉਹਨੂੰ ਕੇ ਭੇਜਾਂਗੇ ਸਕੈਨ ਕੀਤੀ ਹੋਈ ਕੀ ਫੋਟੋ ਤੇ ਤੁਸੀਂ ਉਹਨੂੰ ਦੇਖ ਕੇ ਆਪਣੀ ਕਾਪੀਆਂ ਤੇ ਲਿਖਣਾ ਹੈ ਤੇ ਬੱਚੇ ਉਸ ਤੋਂ ਬਾਅਦ ਤੁਸੀਂ ਰੋਜ਼ ਦੇ ਰੋਜ਼ ਪੰਜ-ਪੰਜ ਲਾਈਨਾਂ ਕਰਕੇ ਇਹਨੂੰ ਕੀ ਕਰਨਾ ਹੈ ਯਾਦ ਕਰਨਾ ਹੈ ਤਾਂਕਿ ਤੁਹਾਨੂੰ ਇਹਨੂੰ ਚੰਗੀ ਤਰ੍ਹਾਂ ਯਾਦ ਹੋ ਸਕੇ ਤੇ ਤੁਸੀਂ ਬਾਰ-ਬਾਰ ਇਹਨੂੰ ਕੀ ਕਰਨਾ ਬੱਚਿਓ ਲਿਖ-ਲਿਖ ਕੇ ਦੇਖਣਾ ਹੈ ਕਿ ਮੇਰੀ ਕੋਈ ਗਲਤੀ ਤਾਂ ਨਹੀਂ ਹੋ ਰਹੀ ਜਿਹੜਾ ਸ਼ਬਦ ਜਿਹੜਾ ਅੱਖਰ ਤੁਹਾਨੂੰ ਔਖਾ ਲੱਗ ਰਿਹਾ ਹੈ ਉਹਨੂੰ ਤੁਸੀਂ ਪੰਜ-ਪੰਜ ਵਾਰੀ ਲਿਖੋ ਆਪਣੀ ਰਫ ਕਾਪੀ ਤੇ ਉਹਨੂੰ ਉਸ ਸ਼ਬਦ ਨੂੰ ਉਸ ਅੱਖਰ ਨੂੰ ਤੁਸੀਂ ਪ੍ਰੈਕਟਿਸ ਕਰੋ ਤਾਂਕਿ ਤੁਹਾਡੀ ਉਹ ਗਲਤੀ ਨਾ ਹੋਵੇ ਤਾਂਕਿ ਤੁਸੀਂ ਜਦੋਂ ਆਓ ਜਦੋਂ ਟੈਸਟ ਦਿਓ ਉਹ ਤੇ ਬਹੁਤ ਸੋਹਣੀ ਸੋਹਣੀ ਤੁਹਾਡਾ ਸਾਰਾ ਸਹੀ ਹੋਵੇ ਤੇ ਤੁਹਾਨੂੰ ਫਟਾਫਟ ਤੁਸੀਂ ਇਹਨੂੰ ਲਿਖ ਕੇ ਸਾਨੂੰ ਦਿਖਾ ਸਕੋ ਤੇ ਬੱਚਿਓ ਜਿਹੜਾ ਮੈਂ ਤੁਹਾਨੂੰ ਅੱਗੇ ਵੀ ਕੰਮ ਕਰਵਾਇਆ ਹੈ ਉਹ ਤੁਸੀਂ ਮੈਨੂੰ ਉਮੀਦ ਹੈ ਸੋਹਣੇ ਸੋਹਣੇ ਤਰ੍ਹਾਂ ਲਿਖਿਆ ਹੋਣਾ ਹੈ ਸੋਹਣੀ ਸੋਹਣੀ ਲਿਖਾਈ ਵੀ ताकि ना ही थानू कोई परेशानी आए तो ना ही सू परेशानी आवे जो अक करना है इसी तरह बच्चे जो असं रोज़ थानू कम देंू तीस की करना है उन्होंने सोहना सोना अपनी कापियां लिखना है तो की करना है लर्न करना है ताकि आपा इच। ते जो आपूल तू मिले तो जो थानू अ टेस्ट देवे तो उदो कोई परेशानी ना हो मेरा अध्यापक करवाया है अपनी सोहनी सोहनी कापिया लिख लेना तरीके की करना है याद ਕਰਨਾ ਹੈ ਠੀਕ ਹੈ ਬੱਚਿਓ ਹੁਣ ਮੈਂ ਤੁਹਾਨੂੰ ਬਹੁਤ ਜਲਦ ਅਗਲੀ ਵੀਡੀਓ ਵਿੱਚ ਬਹੁਤ ਜਲਦ ਮਿਲਾਂਗੀ ਤੇ ਹੁਣ ਦੇ ਲਈ ਧੰਨਵਾਦ